प्यारे विद्यार्थियों, अज दे लैक्चर विच तुहाडा फिर स्वागत है। जिवें कि अपना सतवीं जमात का पहला पाठ चल रहा है पौद्यां विच पोषण न्यूट्रिशन इन प्लांट्स। ये आपां लगभग तीन चार दिन तो पढ़ रहे हैं कि पौद्यां विच पोषण किस तरह का होता है, पौद्यां दे पोषण नूं स्वै पोषण कहा जाता है। पौद्यां विच पोषण स्वै पोषण होता है, भाव कि पौधे अपना भोजन आप तैयार करते हैं। पौधे अपना भोजन आप तैयार करते हैं, किवें करते हैं ये सारा आपां अगे पढ़िया है कि पौधे कार्बन डाइऑक्साइड अते पानी तो सूरज की रोशनी की मौजूदगी विच क्लोरोफिल की मदद नाल अपना भोजन तैयार करते हैं। इहदे नाल कार्बन डाइऑक्साइड अते पानी तो सूरज दी रोशनी अते क्लोरोफिल दो चीजा दी मदद नाल अपना भोजन ग्लूकोज दे रूप विच तैयार करते हैं। क्योंकि हरे पौधे अपना भोजन आप तैयार करते हैं, इसलिए हरे पौद्यां नूं स्वै पोषी कहा जाता है। ते एक आपां होर पढ़िया सीगा कि कुछ पौधे अपना भोजन आप तैयार नहीं करते, कुछ पौद्यां विच क्लोरोफिल नहीं होंदी, वो अपना भोजन दूसरे पौद्यां कोलों लैंदे हन। इहदे बारे आपां अगे पढ़िया सीगा कि इक बूटा है अमरवेल, अमरवेल दूसरे बूटे दे आले दुआले निपट के उस बूटे दे तने विचों पोषक तत्व प्राप्त करती है ते अपना पोषण लेती है। जिस बूटे दे आले दुआले अमरवेल लिपटती है उस बूटा हौली हौली सुकना शुरू हो जाता है। इस तरह दे पोषण नूं आपां इहदे जीवां नूं परजीवी कहा जाता है। पर पोषण मैंने अपना पोषण दूजिया कोलों प्राप्त करना, अपने पोषण लई जो भी पोषक तत्व चाहिए हन वो आप तैयार नहीं करने, वो दूजिया कोलों प्राप्त करने हन। जिथों प्राप्त करते हैं उन्होंने शरीर के उपर ही रहते हैं, इसलिए इन्होंने परजीवी कहा जाता है। इस तो अगे अपा एक पोषण की टाइप होर करनी है, वो है मृत जीवी पोषण। किड़ा है जी मृत जीवी पोषण, मृत मैंने मरे हुए मरे हुए जीवां तो अपना पोषण प्राप्त करना, इन्हूं असीं कहिंदे हां सेल्फ्रोफिटिक सेल्फ्रोफिटिक
physical nutrition. Sepro physical nutrition, mrit jeevi poshan. ਇਹ ਕੀ ਹੈ? ਤੁਸੀਂ ਸਾਰਿਆਂ ਨੇ ਲਗਭਗ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਤੇ ਕਦੀ ਨਾ ਕਦੀ ਉੱਲੀ ਲੱਗੀ ਵੇਖੀ ਹੋਊਗੀ। ਦੇਖੀ ਵੀ ਸਾਰਿਆਂ ਨੇ, ਕਈ ਵਾਰੀ ਘਰ ਕੋਈ ਰੋਟੀ ਦਾ ਟੁਕੜਾ ਪਿਆ ਰਹਿੰਦਾ ਸੂੜੇ ਦੇ ਵਿੱਚ, ਅਜਨ ਜਨ ਧਿਆਨ ਮਾਰੋ ਉਹਦੇ ਉੱਪਰ ਹਰੇ ਹਰੇ ਰੰਗ ਦੇ ਧੱਬੇ ਜੇ, ਰੂੰ ਵਰਗੇ ਧੱਬੇ ਜੇ ਜੰਮੇ ਹੁੰਦੇ। ਕਈ ਵਾਰੀ ਆਪਾਂ ਚਮੜੇ ਦੇ ਬੂਟ ਕਿੰਨਾ ਕਿੰਨਾ ਚਿਰ ਪਾਉਂਦੇ ਨਹੀਂ, ਤੇ ਜਦੋਂ ਕਿਤੇ ਜਾਣ ਲੱਗਿਆ ਕੱਢਦੇ ਹਾਂ ਤੇ ਉਹਨਾਂ ਦੇ ਉੱਪਰ ਉੱਲੀ ਲੱਗੀ ਹੁੰਦੀ। ਉੱਲੀ ਲੱਗਦੀ ਕਿੱਥੇ? ਹਰ ਚੀਜ਼ ਨੂੰ ਲੱਗਦੀ ਹੈ ਜਾਂ ਕੋਈ ਖਾਸ ਚੀਜ਼ਾਂ ਹਨ ਜਿੱਥੇ ਲੱਗਦੀ ਹੈ? ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਥੋੜਾ ਪੜਾਂਗੇ ਕਿ ਜਦੋਂ ਉੱਲੀ ਲੱਗਦੀ ਹੈ ਉੱਲੀ ਦਾ ਰੰਗ ਕਿਹੋ ਜਿਹਾ ਹੁੰਦਾ ਹੈ, ਉੱਲੀ ਆਪਣਾ ਭੋਜਨ ਕਿੱਥੋਂ ਪ੍ਰਾਪਤ ਕਰਦੀ ਹੈ। ਜਦੋਂ ਅਸੀਂ ਉੱਲੀ ਬਾਰੇ ਗੱਲ ਕਰਦੇ ਹਾਂ, ਜਦੋਂ ਉੱਲੀ ਦਾ ਨਾਮ ਵੀ ਮੂੰਹ ਹੈ ਜਿੱਧਰ ਦੇ ਉਹਨੇ ਰੋਟੀ ਖਾਣੀ ਹੈ, ਤੇ ਉੱਲੀ ਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ, ਕਲੋਰੋਫਿਲ ਨਹੀਂ ਹੁੰਦੀ। ਕਲੋਰੋਫਿਲ ਦਾ ਕੀ ਕੰਮ ਹੈ ਜੀ? ਕਲੋਰੋਫਿਲ ਕੀ ਕਰਦੀ ਹੈ? ਕਲੋਰੋਫਿਲ ਪੌਦਿਆਂ ਦੇ ਭੋਜਨ ਬਣਾਉਣ ਵਿੱਚ ਮਦਦ ਕਰਦੀ ਹੈ। ਕਲੋਰੋਫਿਲ ਪੌਦਿਆਂ ਦੇ ਭੋਜਨ ਬਣਾਉਣ ਵਿੱਚ ਮਦਦ ਕਰਦੀ ਹੈ। ਹਰੇ ਪੌਦੇ ਕਲੋਰੋਫਿਲ ਦੀ ਮਦਦ ਨਾਲ ਹੀ ਆਪਣਾ ਭੋਜਨ ਬਣਾਉਂਦੇ ਹਨ, ਤੇ ਜਿਨ੍ਹਾਂ ਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ ਉਹਨਾਂ ਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਹੀਂ ਹੁੰਦੀ, ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਉੱਲੀਆਂ ਹਨ ਇਹਨਾਂ ਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ। ਜੋ ਉੱਲੀ ਹੈ ਫੰਗਸ, ਇਸ ਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ। ਇਸਦਾ ਮਤਲਬ ਹੈ ਕਿ ਫੰਗਸ ਦੇ ਵਿੱਚ, ਉੱਲੀ ਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਹੀਂ ਹੁੰਦੀ, ਇਹ ਆਪਣਾ ਭੋਜਨ ਆਪ ਤਿਆਰ ਨਹੀਂ ਕਰਦੇ। ਇਹ ਆਪਣਾ ਭੋਜਨ ਕਿੱਥੋਂ ਲੈਂਦੇ ਹਨ? ਕਿਉਂ ਕਿਸੇ ਵੀ ਸਜੀਵ ਨੂੰ ਜਿੰਦਾ ਰਹਿਣ ਵਾਸਤੇ, ਵਧਣ ਫੁੱਲਣ ਵਾਸਤੇ ਭੋਜਨ ਦੀ ਲੋੜ ਪੈਂਦੀ ਹੈ, ਜਾਂ ਉਹ ਜੀਵ ਆਪਣਾ ਭੋਜਨ ਆਪ ਤਿਆਰ ਕਰਦਾ ਹੈ ਜਾਂ ਕਿਸੇ ਹੋਰ ਚੀਜ਼ ਤੋਂ ਲੈਂਦਾ ਹੈ। ਕੋਈ ਵੀ ਸਜੀਵ ਹੈ ਜਿਵੇਂ ਹਰੇ ਪੌਦੇ ਹਨ, ਉਹ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਹੈ। ਜੀਵ ਜੰਤੂ ਹਨ, ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰਦੇ, ਆਪਣਾ ਭੋਜਨ ਦੂਜੇ ਜੀਵਾਂ ਤੋਂ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਹੀ ਫੰਗਸ, ਉੱਲੀ ਜਿਹਨੂੰ ਫੰਜਾਈ ਵੀ ਕਿਹਾ ਜਾਂਦਾ ਹੈ, ਇੱਕ ਵਚਨ ਤੇ ਬਹੁ ਵਚਨ ਹੈ। ਇੱਕ ਵਚਨ ਫੰਗਸ ਹੈ ਤੇ ਬਹੁ ਵਚਨ ਫੰਜਾਈ ਹੈ। ਇਹਨਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ, ਇਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ, ਇਹ ਆਪਣਾ ਭੋਜਨ ਦੂਜਿਆਂ ਕੋਲੋਂ ਪ੍ਰਾਪਤ ਕਰਦੇ ਹਨ, ਇਸ ਨੂੰ ਪਰ ਪੋਸ਼ਣ ਕਿਹਾ ਜਾਂਦਾ। ਇਹ ਪਰਪੋਸ਼ੀ ਹਨ। ਹੁਣ ਜੇ ਆਪਾਂ
ਉੱਲੀ ਨਹੀਂ ਲਿਖੀ ਆਪਣੇ ਧਿਆਨ ਚ ਨਹੀਂ ਆਉਂਦੀ ਕਿ ਕਿਵੇਂ ਦੀ ਉੱਲੀ ਲੱਗੀ ਹੋਊਗੀ ਤੇ ਆਪਾਂ ਇੱਕ ਕੰਮ ਕਰ ਸਕਦੇ ਹਾਂ ਕੋਈ ਛੋਟਾ ਜਿਹਾ ਬ੍ਰੈਡ ਦਾ ਡਬਲ ਰੋਟੀ ਦਾ ਪੀਸ ਜਾਂ ਕੋਈ ਰੋਟੀ ਦਾ ਟੁਕੜਾ ਘਰ ਪਿਆ ਹੋਵੇ ਉਹਦੇ ਉੱਪਰ ਥੋੜਾ ਜਿਹਾ ਪਾਣੀ ਛਿੜਕ ਦਈਏ ਉਹ ਥੋੜੀ ਗਿੱਲੀ ਹੋ ਜੂਗੀ ਤੇ ਉਹਨੂੰ ਤੇ ਸਿੱਲੀ ਜੀ ਥਾਂ ਸਿੱਲੀ ਮੀਨਸ ਸਲਾਬੀ ਜੀ ਥਾਂ ਤੇ ਪਈ ਰਹਿੰਦੀ ਦੋ ਤਿੰਨ ਦਿਨ ਉੱਥੇ ਪਈ ਰਹਿੰਦੀ ਏ ਦੋ ਤਿੰਨਾਂ ਦਿਨਾਂ ਬਾਅਦ ਉਹਦੇ ਉੱਪਰ ਛੋਟੇ ਛੋਟੇ ਹਰੇ ਜੇ ਰੰਗ ਦੇ ਜਾਂ ਪੀਲੇ ਜੇ ਰੰਗ ਦੇ ਨਿੱਕੇ ਨਿੱਕੇ ਧੱਬੇ ਜੇ ਲੱਗਣੇ ਸ਼ੁਰੂ ਹੋ ਗਏ ਉਹ ਧੱਬੇ ਕਿੱਥੋਂ ਆਏ ਕਈਆਂ ਚੀਜ਼ਾਂ ਦੇ ਉੱਪਰ ਉੱਲੀ ਲੱਗਦੀ ਹੈ ਚਿੱਟੇ ਰੰਗ ਦੀ ਉੱਲੀ ਵੱਖਰੇ ਵੱਖਰੇ ਰੰਗਾਂ ਦੀ ਉੱਲੀ ਲੱਗਦੀ ਹੈ ਚਿੱਟੇ ਰੰਗ ਦੀ ਵੀ ਹੁੰਦੀ ਹੈ ਪੀਲੇ ਰੰਗ ਦੀ ਵੀ ਹੁੰਦੀ ਹੈ ਹਰੇ ਰੰਗ ਦੀ ਵੀ ਹੁੰਦੀ ਹੈ ਭੂਰੇ ਰੰਗ ਦੀ ਵੀ ਹੁੰਦੀ ਹੈ ਕਾਲੇ ਰੰਗ ਦੀ ਵੀ ਹੁੰਦੀ ਹੈ ਵੱਖਰੇ ਵੱਖਰੇ ਰੰਗਾਂ ਦੀ ਉੱਲੀ ਲੱਗਦੀ ਹੈ ਪਰ ਉੱਲੀ ਆਉਂਦੀ ਕਿੱਥੋਂ ਹੈ ਜੇ ਆਪਾਂ ਉੱਲੀ ਨੂੰ ਧਿਆਨ ਨਾਲ ਵੇਖੀਏ ਜਾਂ ਉਹ ਇੱਕ ਲੈਂਸ ਹੁੰਦਾ ਜਿਹਦੇ ਨਾਲ ਵੱਡਾ ਕਰਕੇ ਵੇਖਦੇ ਹਾਂ ਮੱਧ ਦਰਸ਼ੀ ਲੈਂਸ ਉਹਦੇ ਨਾਲ ਵੇਖੀਏ ਨਾ ਤੇ ਆਪਾਂ ਉੱਲੀ ਦੇ ਥੱਲੇ ਲਿਖੀ ਜਿਵੇਂ ਰੂਮ ਦੇ ਧਾਗੇ ਜਿਹੇ ਹੁੰਦੇ ਨਾ ਇਸ ਤਰ੍ਹਾਂ ਰਚਨਾਵਾਂ ਦਿਸਦੀਆਂ ਗੁੰਝਲ ਜੇ ਪਏ ਹੁੰਦੇ ਸਿੱਧੀਆਂ ਹੋਣੀਆਂ ਗੁੰਝਲ ਜੇ ਪਏ ਹੋਏ ਆ ਪਰ ਜੇ ਰੂਮ ਦੇ ਧਾਗੇ ਹੁੰਦੇ ਆ ਇਸ ਤਰੀਕੇ ਨਾਲ ਨਿੱਘੇ ਨਿੱਕੀਆਂ ਟਾਹਣੀਆਂ ਜਿਹੀਆਂ ਦਿਖਾਈ ਦਿੰਦੀਆਂ ਉਹਨਾਂ ਦੀਆਂ ਧਾਗੇ ਵਾਲੀਆਂ ਰਚਨਾਵਾਂ ਇਹ ਫੰਗਸ ਮ੍ਰਿਤ ਆਹਾਰੀ ਜੀਵ ਹੈ ਮ੍ਰਿਤ ਆਹਾਰੀ ਜਿਹੜੇ ਮ੍ਰਿਤ ਆਹਾਰੀ ਹੁੰਦੇ ਆ ਉਹ ਉਹਨਾਂ ਚੀਜ਼ਾਂ ਨੂੰ ਆਪਣਾ ਭੋਜਨ ਲੈਂਦੇ ਹਨ ਜਿਹੜੀਆਂ ਚੀਜ਼ਾਂ ਗਲ ਸੜ ਸਕਦੀਆਂ ਜੇ ਪਈ ਪਈ ਚੀਜ਼ ਗਲ ਜੇ ਸੜ ਜੇ ਕੋਈ ਵੀ ਇਹੋ ਜਿਹੀ ਚੀਜ਼ ਹੋਵੇ ਜਿਵੇਂ ਤੁਸੀਂ ਵੇਖਿਆ ਹੋਣਾ ਵਾ ਕਈ ਵਾਰੀ ਨਾ ਕੋਈ ਸੜਕ ਦੇ ਉੱਪਰ ਜਾਂ ਕਿਨਾਰੇ ਤੇ ਕੋਈ ਕੁੱਤਾ ਵਗੈਰਾ ਮਰ ਜਾਂਦਾ ਉਹਨੂੰ ਕੋਈ ਚੁੱਕਦਾ ਨੀ ਉਸੇ ਤਰ੍ਹਾਂ ਪਿਆ ਰਹਿੰਦਾ ਵਾ ਤਿੰਨਾਂ ਚੌਂ ਦਿਨਾਂ ਬਾਅਦ ਉਹ ਚੋਂ ਬੋਲ ਲੱਗ ਪੈਂਦੀ ਆ ਹੌਲੀ ਹੌਲੀ ਪੰਜ ਸੱਤ ਵਜੇ ਲਿਖਦੇ ਆ ਤੇ ਉਹਦਾ ਮਾਸ ਜਿਹੜਾ ਵਾ ਨਾ ਗੈਪ ਹੋਣਾ ਸ਼ੁਰੂ ਹੋ ਜਾਂਦਾ ਮਾਸ ਗੈਪ ਹੋਣਾ ਸ਼ੁਰੂ ਹੋ ਜਾਂਦਾ ਤੇ ਥੋੜੇ ਕੁ ਦਿਨ ਹੋਰ ਲੰਘਦੇ ਕੱਲੀਆਂ ਹੱਡੀਆਂ ਜਿਹੀਆਂ ਰਹਿ ਜਾਂਦੀਆਂ ਮਾਸ ਸਾਰਾ ਹੀ ਖਤਮ ਹੋ ਜਾਂਦਾ ਅਗਲੇ ਗਲ ਗਿਆ ਸੜ ਗਿਆ ਜੇ ਉਹ ਕਿੱਥੇ ਗਿਆ ਉਹਨਾਂ ਨੂੰ ਇਹੋ ਜਿਹੇ ਜੀਵ ਖਾ ਜਾਂਦੇ ਖਾ ਜਾਂਦੇ ਹੁਣ ਖਾ ਕਿਵੇਂ ਜਾਂਦੇ ਆ ਨਾ ਇਹਨਾਂ ਦਾ ਕੋਈ ਮੂੰਹ ਹੈ ਨਾ ਕੋਈ ਹੋਰ ਤੇ ਖਾ ਕਿਵੇਂ ਜਾਂਦੇ ਬਈ ਉੱਲੀਆਂ ਕਿਸ ਤਰੀਕੇ ਦੇ ਨਾਲ ਆਪਣੇ ਪੋਸ਼ਕ ਤੱਤ ਪ੍ਰਾਪਤ ਕਰਦੀਆਂ ਆਮ ਤੌਰ ਤੇ ਉੱਲੀਆਂ ਮਰੇ ਹੋਏ ਜੀਵਾਂ ਦੇ ਜਾਂ ਵਿਘਟਨਸ਼ੀਲ ਵਿਘਟਨਸ਼ੀਲ ਕਿਹੜੇ ਜਿਹੜੇ ਕਿ ਗਲ ਸੜ ਸਕਦੇ ਆ ਉਹਨਾਂ ਚੀਜ਼ਾਂ ਦੇ ਉੱਪਰ ਆਪਣਾ ਭੋਜਨ ਦਿੰਦੀਆਂ ਉਸ ਚੀਜ਼ ਦੇ ਉੱਪਰ ਜਦੋਂ ਉੱਲੀ ਲੱਗਦੀ ਹੈ ਉੱਲੀ ਆਉਂਦੀ ਕਿੱਥੋਂ ਮਤਲਬ ਇਹ ਦੱਸੋ ਕਹੀ ਕਿ ਉੱਲੀ ਲੱਗਦੀ ਪਰ ਉੱਲੀ ਆਈ ਕਿੱਥੋਂ ਆਪਾਂ ਉੱਲੀ ਫੜ ਕੇ ਥੋੜਾ ਉਹਦੇ ਉੱਪਰ ਪਾਈ ਆ ਕਿ ਆਹ ਚੀਜ਼ ਪਈ ਤੇ ਆਪਾਂ ਇੱਥੇ ਉੱਲੀ ਪਾ ਲਈਏ ਉਹ ਆਪਣੇ ਆਪ ਹੀ ਉੱਲੀ ਲੱਗ ਜਾਂਦੀਆਂ ਨੇ ਪਈ ਪਈ ਚੀਜ਼ ਜਿੱਥੇ ਸਲਾਬ ਜੀ ਹੋਵੇ ਤੇ ਚੀਜ਼ਾਂ ਪਈਆਂ ਵਾ ਉੱਥੇ ਆਪੇ ਉੱਲੀ ਲੱਗ ਜਾਂਦੀ ਆ ਹੁਣ ਤੁਸੀਂ ਦੱਸੋ ਬਈ ਕਦੀ ਨਾ ਕਦੀ ਕਿਸੇ ਦੇ ਵੋਟਾਂ ਨੂੰ ਜਾਂ ਬੈਠੇ ਕਿਸੇ ਚੀਜ਼ ਨੂੰ ਉੱਲੀ ਲੱਗੀ ਹੁੰਦੀ ਆ ਆਪਾਂ ਕਦੇ ਉੱਲੀ ਫੜ ਕੇ ਲਾਉਂਦੇ ਹਾਂ ਆਪਾਂ ਕਦੇ ਆਪ ਉੱਲੀ ਲਾਉਂਦੇ ਹਾਂ ਵੀ ਸਾਡੇ ਵੋਟਾਂ ਨੂੰ ਉੱਲੀ ਲੱਗ ਜੇ ਜਾਂ ਆਹ ਚੀਜ਼ਾਂ ਨੂੰ ਉੱਲੀ ਲੱਗ ਜੇ ਪਰ ਉੱਲੀ ਲੱਗ ਕਿਵੇਂ ਜਾਂਦੀ ਆ ਉੱਲੀ ਆਉਂਦੀ ਕਿੱਥੋਂ ਆ ਉੱਲੀ ਦੇ ਬੀਜਾਣੂ ਉੱਲੀ ਦੇ ਬੀਜਾਣੂ ਜਿਹਨੂੰ ਸਪੋਰਸ ਕਹਿੰਦੇ ਹਨ ਕੀ ਕਹਿੰਦੇ ਹਨ ਸਪੋਰਸ ਉੱਲੀ ਦੇ ਬੀਜਾਣੂ ਹਵਾ ਦੇ ਵਿੱਚ ਉੱਡਦੇ ਰਹਿੰਦੇ ਹਨ ਬਹੁਤ ਜ਼ਿਆਦਾ ਨਹੀਂ ਹੁੰਦੇ ਕਿ ਭਰੇ ਪਏ ਹੈ ਇਵੇਂ ਨਹੀਂ ਪਰ ਥੋੜੇ ਥੋੜੇ ਕਿਤੇ ਕਿਤੇ ਉੱਲੀ ਦੇ ਬੀਜਾਣੂ ਹਵਾ 'ਚ ਉੱਡਦੇ ਰਹਿੰਦੇ ਆ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਰਹਿੰਦੇ ਆ ਜਿੱਥੇ ਵੀ ਫਿਰ ਇਹਨੂੰ ਕੋਈ ਗਿੱਲੀ ਸਲਾਬ ਵਾਲੀ ਸਿੱਲੀ ਜੀ ਥਾਂ ਲੱਭਦੀ ਆ ਥੋੜੀ ਜਿਹੀ ਗਰਮ ਹੋਵੇ ਥੋੜੀ ਜਿਹੀ ਗਰਮ ਹੋਣ ਚ ਭੜਾਸ ਜੀ ਪੈਂਦੀ ਆ ਬਹੁਤ ਜ਼ਿਆਦਾ ਤੱਤੀ ਨਹੀਂ
ਜਿਵੇਂ ਆਪਾਂ ਕਹਿੰਦੇ ਅੱਜ ਬੜੀ ਗਰਮੀ ਹੁਮਸ ਜਿਹਾ ਲੱਗਦਾ ਪਿਆ ਵਾ, ਸਲਾਬੀ ਜੀ ਤੇ ਹੁਮਸ ਵਾਲੀ ਥਾਂ ਹੋਵੇ, ਉੱਥੇ ਕੋਈ ਵਿਘਟਨਸ਼ੀਲ ਚੀਜ਼ ਲੱਭ ਜੇ ਉਹਦੇ ਉੱਪਰ ਡਿੱਗ ਪਵੇ। ਵਿਘਟਨਸ਼ੀਲ ਚੀਜ਼ ਕਿਹੜੀ ਆਪਾਂ ਗਈ ਆ, ਕੋਈ ਵੀ ਚਮੜਾ ਹੋ ਗਿਆ ਜਾਂ ਕੱਪੜਾ ਹੋ ਗਿਆ ਜਾਂ ਰੋਟੀ ਵਗੈਰਾ ਹੋ ਗਈ ਜਾਂ ਕੋਈ ਵੀ ਚੀਜ਼ ਜਿਹੜੀ ਗੱਲ ਸੁਣ ਸਕਦੀ, ਉਹਦੇ ਉੱਪਰ ਜਦੋਂ ਬੀਜਾਣੂ ਡਿੱਗ ਪੈਂਦੇ ਆ ਤੇ ਉਹਨੂੰ ਉੱਥੋਂ ਸਲਾਬ ਜੀ ਤੇ ਹੁਮਸ ਜੀ ਥਾਂ ਲੱਭ ਜਾਂਦੀ ਆ, ਉੱਥੋਂ ਫਿਰ ਉਹ ਵਧਣਾ ਸ਼ੁਰੂ ਹੋ ਜਾਂਦੇ ਆ, ਇੱਕ ਤੋਂ ਦੋ, ਦੋ ਤੋਂ ਚਾਰ ਤੇ ਵਧੀ ਕੁਦੀ ਢੇਰਾਂ ਦੇ ਢੇਰ ਹੀ ਬਣ ਜਾਂਦੇ। ਜਦੋਂ ਆਪਾਂ ਕਿਤੇ ਵੀ ਉੱਲੀ ਲੱਗੀ ਵੇਖਦੇ ਹਾਂ, ਭਾਵੇਂ ਬ੍ਰੈਡ ਤੇ ਵੇਖੀਏ ਭਾਵੇਂ ਕਿਤੇ ਵੀ ਉੱਲੀ ਲੱਗੀ ਵੇਖੀਏ, ਆਪਾਂ ਵੇਖੀਏ ਉਹ ਜਦੋਂ ਆਪਾਂ ਇੰਨੀ ਕੁ ਬਹਿੰਦੇ ਹਾਂ ਵੀ ਇਹ ਨਿਕਾਲੀ ਦਾ ਵਾ, ਕੀ ਇਹਦੇ ਵਿੱਚ ਇੱਕੋ ਹੀ ਦਾਣਾ ਉੱਲੀ ਦਾ ਹੋਊਗਾ ਜਾਂ ਦਸ ਪੰਦਰਾਂ ਹੋਣਗੇ ਜਾਂ ਸੌ ਹੋਣਗੇ? ਨਹੀਂ, ਕਿੰਨੇ ਕੁ ਹਜ਼ਾਰਾਂ ਲੱਖਾਂ ਦੇ ਵਿੱਚ ਹੀ ਇਹਦੇ ਵਿੱਚ ਉੱਲੀ ਦੇ ਬੀਜਾਣੂ ਹੁੰਦੇ ਆ, ਨਿੱਕੀ ਜਿਹੀ ਥਾਂ ਦੇ ਵਿੱਚ। ਇਹ ਇੰਨੇ ਛੋਟੇ ਆ ਕਿ ਹਵਾ ਚ ਉੱਡਦੇ ਆ ਤੇ ਆਪਾਂ ਨੂੰ ਦਿਸਦੇ ਤੇ ਹੈ ਨੀ, ਇੱਥੇ ਜੇ ਹਵਾ ਚ ਇੱਥੇ ਭਲਾ ਹਵਾ ਦੇ ਵਿੱਚ ਉੱਲੀ ਹੈਗੀ? ਭਲਾ ਆਪਾਂ ਕਹਿ ਸਕਦੇ ਕਿ ਇੱਥੇ ਹਵਾ ਚ ਉੱਲੀ ਦੇ ਬੀਜਾਣੂ ਹੈਗੇ ਆ? ਕਿਉਂ ਬਈ, ਆਪਾਂ ਇਹ ਗੱਲ ਕਹਿ ਸਕਦੇ ਆ ਕਿ ਇੱਥੇ ਆਪਾਂ ਜਿਸ ਕਮਰੇ ਚ ਬੈਠੇ ਆ ਜਾਂ ਜਿੱਥੇ ਕਲਾਸ ਚ ਆ ਇੱਥੇ ਉੱਲੀ ਦੇ ਬੀਜਾਣੂ ਹੋਣਗੇ? ਦੇਖਦੇ ਤਾਂ ਪਰ ਉਹਦੇ ਹੈ ਨੀ, ਪਤਾ ਲਾ ਦਿੰਦੇ ਆ। ਹੁਣੇ ਥੋੜਾ ਜਿਹਾ ਆਪਾਂ ਬ੍ਰੈਡ ਦਾ ਪੀਸ ਲਈਏ ਜਾਂ ਰੋਟੀ ਦਾ ਟੁਕੜਾ ਲਈਏ ਤੇ ਗਿੱਲਾ ਕਰਕੇ ਨੁਕਰ ਜੀ ਸੁੱਟ ਦਈਏ ਲਫਾਫੇ ਚ ਲਪੇਟ ਕੇ, ਬਈ ਗਿੱਲੀ ਜੀ ਹੋ ਸਲਾਬੀ ਜੀ ਪਈ ਰਵੇ ਤੇ ਤਿੰਨਾਂ ਚੌ ਦਿਨਾਂ ਵਾਲਾ ਵੇਖ ਲਾਂਗੇ ਉੱਲੀ ਲੱਗਦੀ ਨੀ ਲੱਗਦੀ, ਲੱਗੂਗੀ ਕਿ ਨਹੀਂ? ਲੱਗ ਜਾਊਗੀ, ਲੱਗ ਜਾਊਗੀ, ਸ਼ਾਇਦ ਲੱਗ ਜੂ। ਤੇ ਜੇ ਉਹਨੂੰ ਉੱਲੀ ਲੱਗ ਗਈ ਤੇ ਉਹ ਉੱਲੀ ਫਿਰ ਕਿੱਥੋਂ ਆਈ? ਆਪਾਂ ਫੜ ਕੇ ਉੱਲੀ ਲਾਈਏ ਨਾ, ਆਪਾਂ ਨੇ ਫੜ ਕੇ ਪਾਣੀ ਵਗੈਰਾ ਰੱਖ ਦਿੱਤਾ, ਉਹ ਹਵਾ ਚ ਹੀ ਕੋਈ ਉੱਲੀ ਦੇ ਬੀਜਾਣੂ ਉੱਡਦੇ ਆਉਂਦੇ ਵੀ ਉਹਦੇ ਪੈ ਜਾਣੇ ਆ, ਤੇ ਉਹ ਕਿਉਂਕਿ ਉੱਥੇ ਪਾਣੀ ਹੈਗਾ ਥੋੜਾ ਜਿਹਾ, ਸਲਾਬ ਜੀ ਵੀ ਹੈਗੀ ਆ ਤੇ ਖਾਣ ਨੂੰ ਵੀ ਲੱਭ ਜਾਣਾ ਵਾ ਪਦਾਰਥ ਰੋਟੀ ਜਾਂ ਬ੍ਰੈਡ, ਤੇ ਉਹਨੇ ਉੱਥੇ ਰਵਾ ਕੇ ਜਾਣਾ ਵਾ ਤੇ ਉਹਨੇ ਉੱਥੇ ਖਾਈ ਜਾਣਾ ਤੇ ਵੱਡੇ ਵੱਡੇ ਹੋਈ ਜਾਣਾ, ਉੱਥੇ ਹੀ ਉੱਲੀ ਗਰੋਹ ਕਰਦੇ ਨੇ, ਉੱਥੇ ਹੀ ਉੱਲੀ ਲੱਗ ਜਾਣੀ। ਉੱਲੀ ਦੇ ਬੀਜਾਣੂ ਲੱਗ ਤੱਕ ਹਰ ਹਵਾ ਦੇ ਵਿੱਚ ਹੁੰਦੇ ਹੀ ਹੁੰਦੇ ਆ, ਜਿੱਥੇ ਵੀ ਆਪਾਂ ਕੋਈ ਚੀਜ਼ ਰੱਖਦੇ ਨੇ, ਆਪਾਂ ਮੰਨ ਲਓ ਬੜਾ ਲਗੋ ਕੇ ਡੱਬੇ ਚ ਬੰਦ ਕਰਕੇ ਆਮ ਤੌਰ ਤੇ ਦੂਰ ਰੱਖੇ ਹੁੰਦੇ ਕਈ ਵੀ, ਉਹਨਾਂ ਨੂੰ ਵੀ ਉੱਲੀ ਲੱਗ ਜਾਂਦੀ ਆ, ਉਹਦੇ ਵੀ ਅੰਦਰ ਵੜ ਜਾਂਦੇ ਆ। ਇਹ ਕਿੰਨੇ ਕੁ ਛੋਟੇ ਹੁੰਦੇ ਆ, ਤੁਸੀਂ ਦੇਖੋ ਵੀ ਜੇ ਹਵਾ ਚ ਉੱਡਦੇ ਆ ਤੇ ਸਾਨੂੰ ਦਿਖਾਈ ਨਹੀਂ ਦਿੰਦੇ, ਇਹ ਇੰਨੇ ਛੋਟੇ ਹੁੰਦੇ ਆ ਕਿ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ। ਸੂਖਮ ਜੀਵ, ਸੂਖਮ ਜੀਵ ਇਹਨਾਂ ਨੂੰ ਕਿਹਾ ਜਾਂਦਾ ਹੈ। ਸੂਖਮ ਜੀਵ ਉਹ ਜੀਵ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ, ਇਹਨਾਂ ਨੂੰ ਵੇਖਣ ਵਾਸਤੇ ਸਪੈਸ਼ਲ ਕਿਸਮ ਦੀਆਂ ਮਸ਼ੀਨਾਂ ਸੂਖਮ ਦਰਸ਼ੀ ਉਹਨਾਂ ਦੀ ਲੋੜ ਪੈਂਦੀ ਹੈ, ਉਹਨਾਂ ਥੱਲੇ ਰੱਖ ਕੇ ਫਿਰ ਇਹ ਵੇਖਦੇ ਕਿ ਚਿੱਤਰਾਂ ਨਹੀਂ। ਹੁਣ ਉੱਲੀ ਜਦੋਂ ਕਿਸੇ ਪਦਾਰਥ ਉੱਪਰ ਪੈਂਦੀ ਹੈ, ਮੰਨ ਲਓ ਆਪਾਂ ਇੱਕ ਬ੍ਰੈਡ ਦਾ ਪੀਸ ਰੱਖਿਆ, ਇਹਦੇ ਉੱਪਰ ਕਿਤੇ ਹਵਾ ਜੋ ਉੱਲੀ ਦਾ ਇੱਕ ਦੋ ਬੀਜਾਣੂ ਜਾਂ ਦਮ ਦੋ ਬੀਜਾਣੂ ਡਿੱਗ ਗਏ। ਹੁਣ ਬੀਜਾਣੂ ਇੱਕ ਜੀਵ ਹੈ, ਆਪਾਂ ਬਣਿਆ ਹੈਗੇ ਹਰ ਜੀਵ ਨੂੰ ਜਿੰਦਾ ਰਹਿਣ ਵਾਸਤੇ ਭੋਜਨ ਦੀ ਲੋੜ ਪੈਂਦੀ ਹੈ, ਉਹ ਭੋਜਨ ਖਾਏਗਾ ਵੱਡਾ ਹੋਏਗਾ ਫਿਰ ਉਹਨਾਂ ਦਾ ਰੀਪ੍ਰੋਡਕਸ਼ਨ ਜਨਣ ਹੋਏਗਾ, ਇੱਕ ਤੋਂ ਦੋ ਉਹ ਤੋਂ ਹੋਰ ਜ਼ਿਆਦਾ ਵਧਣਗੇ। ਹੁਣ ਜਦੋਂ ਬੀਜਾਣੂ ਆ ਕੇ ਡਿੱਗ ਪਏ, ਇਹਨਾਂ ਨੇ ਬ੍ਰੈਡ ਨੂੰ ਖਾਣਾ ਸ਼ੁਰੂ ਕਰ ਦੇਣਾ, ਕਿਤਨਾ ਖਾ ਸਕਦੇ? ਮੂੰਹ ਤੇ ਇਹਨਾਂ ਦਾ ਹੈਗਾ ਨੀ, ਨਾ ਇਹਨਾਂ ਦੇ ਦੰਦ ਤੇ ਨਾ ਇਹਨਾਂ ਦਾ ਮੂੰਹ, ਫਿਰ ਇਸ ਤਰ੍ਹਾਂ ਖਾਂਦੇ ਆ। ਜੋ ਉੱਲੀ ਹੈ ਉਹ ਆਪਣਾ ਪੋਸ਼ਣ ਕਿਸ ਤਰੀਕੇ ਨਾਲ ਪ੍ਰਾਪਤ ਕਰਦੀ ਹੈ? ਕਦੇ ਤੁਸੀਂ ਵੇਖਿਆ ਹੋਣਾ ਯਾਰ, ਆਪਾਂ ਜਦੋਂ ਰੋਟੀ ਖਾ ਲੈਂਦੇ ਬੜੀ ਸਵਾਦ ਚੀਜ਼ ਬਣੇ ਤੇ ਆਪਣੇ ਮੂੰਹ ਦੇ ਵਿੱਚ ਪਾਣੀ ਭਰ ਜਾਂਦਾ। ਕਦੀ ਆਪਾਂ ਇਮਲੀ ਬਾਰੇ ਸੋਚੀਏ ਜਾਂ ਇਮਲੀ ਸਾਡੇ ਸਾਹਮਣੇ ਆ ਜਾਏ ਭਾਵੇਂ ਆਪਾਂ ਨਾ ਵੀ ਖਾਈਏ ਨਾ ਤੇ ਮੂੰਹ ਚ ਪਾਣੀ ਭਰ ਜਾਂਦਾ, ਉਹਨੂੰ ਅਸੀਂ ਕਹਿੰਦੇ ਹਾਂ ਪਾਚਕ ਰਸ ਬਣਨੇ ਸ਼ੁਰੂ ਹੋ ਜਾਂਦੇ। ਹਰੇਕ ਜੀਵ ਦੇ ਸਰੀਰ ਵਿੱਚ
ਪਾਚਕ ਰਸ ਬਣਦੇ ਆ ਜਿਹੜੇ ਕਿ ਭੋਜਨ ਨੂੰ ਪਚਾਉਣ ਚ ਮਦਦ ਕਰਦੇ ਆ। ਕੀ ਕਰਦੇ ਆ? ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੇ ਆ। ਕੌਣ? ਪਾਚਕ ਰਸ। ਕੌਣ? ਪਾਚਕ ਰਸ। ਡਾਈਜੈਸਟਿਵ ਜੂਸ ਕੱਲੇ ਮੂੰਹ ਚ ਨਹੀਂ ਬਣਦੇ, ਆਪਣੇ ਪੇਟ ਚ ਵੀ ਬਣਦੇ ਆ। ਪਰ ਸਿੰਪਲ ਉਦਾਹਰਨ ਲਈ ਆ ਕਿ ਜਿਵੇਂ ਸਾਡੇ ਮੂੰਹ ਚ ਪਾਣੀ ਆ ਜਾਂਦਾ, ਪਾਚਕ ਰਸ ਬਣਦੇ ਆ। ਇਸੇ ਤਰ੍ਹਾਂ ਹੀ ਜਿਹੜੇ ਉੱਲੀ ਦੇ ਬੀਜਾਣੂ ਸਪੋਰਸ ਆਫ ਫੰਗਸ ਜਿਹੜੇ ਇਹਦੇ ਉੱਪਰ ਡਿੱਗਦੇ ਆ, ਉਹਨਾਂ ਦੇ ਵਿੱਚੋਂ ਆਪਾਂ ਦਿਸਦੇ ਨਹੀਂ ਕਿ ਉੱਪਰ ਅੱਗੇ ਡਿੱਗ ਗਿਆ। ਆਪਾਂ ਵੈਸੇ ਸੋਚ ਲੈਂਦੇ ਕਿ ਜੇ ਆਪਾਂ ਉਹਨੂੰ ਵੱਡਾ ਕਰਕੇ ਵੇਖੀਏ ਕਿ ਬ੍ਰੈਡ ਦੇ ਉੱਪਰ ਵੱਡਾ ਸਾਰਾ ਇੱਕ ਬੀਜਾਣੂ ਪਿਆ ਤੇ ਇਹਦੇ ਵਿੱਚੋਂ ਪਾਚਕ ਰਸ ਨਿਕਲਦੇ ਆ। ਪਾਚਕ ਰਸ ਨਿਕਲ ਕੇ ਉਸ ਪਦਾਰਥ ਨੂੰ ਪਚਾਉਣਾ ਸ਼ੁਰੂ ਕਰ ਦਿੰਦੇ ਆ। ਪਚਾਉਣਾ ਮੈਨੇ ਉਹਨੂੰ ਗਲਣਾ, ਉਹਨੂੰ ਸਾੜਨਾ ਸ਼ੁਰੂ ਕਰ ਦਿੰਦੇ ਆ। ਉਹ ਚੀਜ਼ ਹੌਲੀ ਹੌਲੀ ਗਲਣੀ ਸ਼ੁਰੂ ਹੋ ਜਾਂਦੀ ਹੈ, ਸੜਨੀ ਸ਼ੁਰੂ ਹੋ ਜਾਂਦੀ, ਪਚਣੀ ਸ਼ੁਰੂ ਹੋ ਜਾਂਦੀ। ਉੱਥੇ ਇਹ ਬਿਲਕੁਲ ਵਿੱਚੀ ਜੀ ਗਿੱਲੀ ਜੀ ਹੋ ਜਾਂਦੀ। ਕਦੀ ਨੋਟ ਕਰਿਓ ਕਿਸੇ ਥਾਂ ਤੇ ਵਾਹਵਾ ਸਾਰੀ ਉੱਲੀ ਲੱਗੀ ਹੋਵੇ ਨਾ, ਤੇ ਜਦੋਂ ਆਪਾਂ ਉੱਥੇ ਹੱਥ ਮਾਰੀਏ, ਭਾਵੇਂ ਆਪਾਂ ਉੱਥੇ ਪਾਣੀ ਨਾ ਵੀ ਪਾਇਆ ਹੋਵੇ ਕਿਤੇ, ਪਰ ਉਹਦੇ ਲਈ ਆਪਾਂ ਹੱਥ ਮਾਰ ਕੇ ਫੜੀਏ ਨਾ ਉੱਲੀ ਨੂੰ, ਉਹ ਸਾਰੇ ਅਸੀਂ ਗਿੱਲੇ ਆ, ਗਿੱਲੇ ਗਿੱਲੇ ਗਿੱਜੇ। ਆਪਾਂ ਉੱਥੇ ਪਾਣੀ ਨਹੀਂ ਪਾਇਆ ਪਰ ਉਹ ਗਿੱਲੇ ਕਿੱਧਰ ਹੋ ਜਾਂਦੇ ਆ। ਉਹ ਸਾਰੇ ਇਹਨਾਂ ਪਾਚਕ ਰਸਾਂ ਦੇ ਨਾਲ ਚੀਜ਼ ਗਲਣੀ ਸੜਨੀ ਸ਼ੁਰੂ ਹੋ ਜਾਂਦੀ ਆ। ਗਲ ਕੇ ਸੜ ਕੇ ਉਸੇ ਪਾਚਕ ਰਸ ਦੇ ਵਿੱਚ ਘੁਲਣੀ ਸ਼ੁਰੂ ਹੋ ਜਾਂਦੀ, ਚੀਜ਼ ਘੁਲਣੀ ਸ਼ੁਰੂ ਹੋ ਜਾਂਦੀ, ਉਹਦਾ ਘੋਲ ਬਣ ਗਿਆ। ਕਾਹਦਾ? ਪਾਚਕ ਰਸਾਂ ਦੇ ਵਿੱਚ ਉਸ ਪਦਾਰਥ ਦਾ ਜਿਹਦੇ ਉੱਪਰ ਉੱਲੀ ਲੱਗੀ ਆ। ਉਹ ਬ੍ਰੈਡ ਵੀ ਹੋ ਸਕਦੀ ਆ, ਉਹ ਰੋਟੀ ਵੀ ਹੋ ਸਕਦੀ ਆ, ਅਚਾਰ ਵੀ ਹੋ ਸਕਦਾ ਵਾ, ਚਮੜਾ ਵੀ ਹੋ ਸਕਦਾ ਵਾ, ਕੱਪੜਾ ਵੀ ਹੋ ਸਕਦਾ, ਕੋਈ ਵੀ ਚੀਜ਼ ਜਿਹੜੀ ਗਲ ਸਕਦਾ। ਜਦੋਂ ਉਹ ਚੀਜ਼ ਗਲਦੀ ਆ ਤੇ ਘੋਲ ਬਣਦਾ, ਫਿਰ ਇਹ ਉਸ ਘੋਲ ਨੂੰ ਸੋਖ ਲੈਂਦੇ ਆ, ਸੋਖ ਲੈਂਦੇ। ਸੋਖ ਕੀ ਕਰਦੇ ਆ? ਸੋਖ ਲੈਂਦੇ, ਅਬਜ਼ੋਰਬ ਕਰਦੇ ਆ। ਸੋਖਣ ਦਾ ਮਤਲਬ ਪਤਾ, ਬਾਹਰ ਬੱਚੀ ਚ ਪਈ ਉਹਦੇ ਅੰਦਰ ਬਣਦੀ ਚੀਜ਼ਾਂ, ਉਹ ਫਿਰ ਪੋਸ਼ਕ ਤੱਤ ਇਹਦੇ ਅੰਦਰ ਜਾਂਦੇ ਆ, ਇਹਨੂੰ ਪੋਸ਼ਣ ਮਿਲ ਜਾਂਦਾ। ਫਿਰ ਹੌਲੀ ਹੌਲੀ ਇੱਕ ਬੀਜਾਣੂ ਤੋਂ ਦੋ, ਦੋ ਤੋਂ ਕਿੰਨੇ ਕਿੰਨੇ ਹਜ਼ਾਰਾਂ ਲੱਖਾਂ ਬੀਜਾਣੂ ਬਣ ਜਾਂਦੇ ਆ, ਤੇ ਜਿੰਨੇ ਜ਼ਿਆਦਾ ਬਣ ਜਾਂਦੇ ਆ ਓਨਾ ਹੀ ਜ਼ਿਆਦਾ ਪਾਚਕ ਰਸ ਛੱਡੀ ਜਾਂਦੇ ਆ। ਜਿੰਨੇ ਬੀਜਾਣੂ ਜ਼ਿਆਦਾ ਓਨਾ ਹੀ ਪਾਚਕ ਰਸ ਜ਼ਿਆਦਾ ਛੱਡਦੇ ਆ, ਓਨੀ ਹੀ ਛੇਤੀ ਤੇ ਜ਼ਿਆਦਾ ਉਹ ਚੀਜ਼ ਗਲਦੀ ਸੜਦੀ ਆ, ਓਨੀ ਜ਼ਿਆਦਾ ਗਿੱਲੀ ਹੋ ਕੇ ਘੁਲਦੀ ਆ, ਤੇ ਉਹ ਜਿਹੜੀ ਘੁਲਦੀ ਆ ਸਾਰੇ ਪੀਵੀ ਜਾਂਦੇ ਆ। ਉਹਨੂੰ ਪੀਵੀ ਜਾਣ ਦਾ ਮਤਲਬ ਇਹ ਨਹੀਂ ਉਹਨਾਂ ਪੀਂਦੇ ਆ, ਕਿਤਰਾ ਉਹਨੂੰ ਸੋਖਦੇ ਆ, ਕਿਤਰਾ ਸੋਖਦੇ, ਅਬਜ਼ੋਰਬ ਕਰਦੇ ਆ, ਉਹਨੂੰ ਅਬਜ਼ੋਰਬ ਕਰੀ ਜਾਂਦੇ ਆ, ਤੇ ਅਲਟੀਮੇਟਲੀ ਇਹਨਾਂ ਦੀ ਗਿਣਤੀ ਵਧੀ ਜਾਂਦੀ ਆ, ਵਧੀ ਜਾਂਦੀ, ਲੱਖਾਂ ਕਰੋੜਾਂ ਅਰਬਾਂ ਦੀ ਗਿਣਤੀ ਹੋ ਜਾਂਦੀ ਆ, ਤੇ ਉਹ ਸੋਖ ਸੋਖ ਕੇ ਹੋਰ ਉੱਲੀ ਹੋਰ ਉੱਲੀ ਲੱਗੀ ਜਾਂਦੀ ਆ, ਉਹ ਸਾਰੇ ਚੀਜ਼ ਉੱਲੀ ਨਾਲ ਭਰ ਜਾਂਦੀ ਆ, ਤੇ ਜਿਉਂ ਜਿਉਂ ਉੱਲੀ ਨਾਲ ਭਰਦੀ ਆ ਉਹ ਸਾਰੇ ਪਾਚਕ ਰਸ ਛੱਡੀ ਜਾਂਦੇ ਆ। ਹੌਲੀ ਹੌਲੀ ਸਾਰੀ ਚੀਜ਼ ਗਲ ਗਈ, ਸੜ ਗਈ, ਘੁਲ ਗਈ, ਤੇ ਘੁਲ ਕੇ ਉੱਲੀ ਨੇ ਖਾ ਪੀ ਲਈ, ਉਹ ਚੀਜ਼ ਉੱਥੇ ਖਤਮ ਹੋ ਗਈ। ਹੁਣ ਸ਼ਾਇਦ ਤੁਹਾਨੂੰ ਸਮਝ ਲੱਗੀ ਹੋਊਗੀ ਕਿ ਜੇ ਕੋਈ ਕੁੱਤਾ ਬਿੱਲਾ ਮਰ ਜਾਂਦਾ ਸੜਕ ਦੇ ਕਿਨਾਰੇ ਦੇ ਤੇ ਕਿੱਥੇ ਜਾਂਦਾ। ਲੱਗੀ ਸਰ? ਕਿ ਜਦੋਂ ਕੋਈ ਕੁੱਤਾ ਜਾਂ ਬਿੱਲਾ ਮਰ ਜਾਂਦਾ, ਕਿਤੇ ਐਕਸੀਡੈਂਟ ਹੁੰਦਾ ਵਾ ਜਾਂ ਵੈਸੇ ਸੜਕ ਦੇ ਕਿਨਾਰੇ ਮਰਦਾ, ਉਹਨੂੰ ਕੋਈ ਚੁੱਕਦਾ ਨਹੀਂ, ਤੇ ਥੋੜੇ ਕੁ ਦਿਨਾਂ ਬਾਅਦ ਪਿਆ ਪਿਆ ਹੀ ਉੱਥੇ ਉਹਦਾ ਮਾਸ ਮੂਸ ਖਤਮ ਹੋ ਜਾਂਦਾ, ਕਿੱਥੇ ਜਾਂਦਾ? ਮਾਸ ਉੱਡ ਜਾਂਦਾ। ਹਾਂਜੀ ਬੱਚੇ, ਮਾਸ ਉੱਡ ਜਾਂਦਾ ਵਾ? ਹਾਂ ਨਹੀਂ, ਮਾਸ ਉੱਡਦਾ ਨਹੀਂ। ਕੀ ਹੁੰਦਾ ਹੈ? ਆ ਫੰਗਸ ਫੰਜਾਈ ਇਹ ਉਹਨਾਂ ਨੂੰ ਖਾ ਜਾਂਦੀ ਹੈ। ਕਿਤਨਾ ਖਾ ਜਾਂਦੀ ਹੈ? ਜਿਵੇਂ ਆਪਾਂ ਹੁਣੇ ਵੇਖਿਆ ਹੈ ਕਿ ਉਹਦੇ ਪਾਚਕ ਰਸ ਛੱਡੀ ਜਾਂਦੀ ਹੈ, ਉਹਦਾ ਮਾਸ ਗਲੀ ਜਾਂਦਾ ਹੈ, ਸੜੀ ਜਾਂਦਾ ਹੈ। ਮਾਸ ਕੀ ਹੈ? ਚਮੜਾ, ਚਮੜਾ ਹੀ ਹੈ ਨਾ ਵਾ।
ਉਹ ਹੌਲੀ ਗਲੀ ਜਾਂਦਾ ਹੈ, ਸੜੀ ਜਾਂਦਾ ਹੈ, ਉਹਨੂੰ ਸੋਖੀ ਜਾਂਦੀ ਹੈ। ਖਾਈ ਜਾਣ ਦਾ ਮਤਲਬ ਹੈ ਸੋਖੀ ਜਾਂਦੀ ਹੈ, ਉਹਦੇ ਅੰਦਰ ਜਾਈ ਜਾਂਦਾ ਹੈ, ਉਹ ਹੋਰ ਵਧੀ ਜਾਂਦੇ ਆ, ਹੋਰ ਵਧੀ ਜਾਂਦੇ ਆ, ਅਲਟੀਮੇਟ ਸਾਰੇ ਦਾ ਸਾਰਾ ਮਾਸ ਉਹ ਖਾ ਪੀ ਜਾਂਦੇ ਆ, ਬਾਕੀ ਰਹਿ ਜਾਂਦੇ ਆ ਥੱਲੇ ਹੱਡੀਆਂ। ਜਿੰਨਾ ਚਿਰ ਹੱਡੀਆਂ ਦੇ ਉੱਪਰ ਮਾਸ ਥੋੜਾ ਬਹੁਤਾ ਹੁੰਦਾ ਉਹਨਾਂ ਚਿਰ ਲੱਗੀ ਰਹਿੰਦੀ ਆ, ਤੇ ਜਦੋਂ ਸਾਰਾ ਮਟੀਰੀਅਲ ਮੁੱਕ ਗਿਆ ਤੇ ਫੇਰ ਫੰਗਸ ਨੇ ਕਿੱਥੇ ਜਾਣਾ, ਫੇਰ ਫੰਜਾਈ ਕਿੱਥੇ ਜਾਣਾ। ਹਾਂਜੀ ਬੱਚੇ, ਜਦੋਂ ਆਪਾਂ ਇੱਕ ਬ੍ਰੈਡ ਦਾ ਪੀਸ ਰੱਖਿਆ ਸੀ ਜਾਂ ਕੋਈ ਹੋਰ ਚੀਜ਼ ਇੱਥੇ ਪਈ ਆ, ਉਹਨੂੰ ਫੰਗਸ ਲੱਗ ਗਈ ਆ, ਫਿਰ ਥੋੜੀ ਲੱਗੀ ਆ, ਹੌਲੀ ਹੌਲੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ ਵੱਧਦੀ ਵੱਧਦੀ ਸਾਰੀ ਦੀ ਸਾਰੀ ਬ੍ਰੈਡ ਖਾ ਬ੍ਰੈਡ ਖਤਮ ਹੀ ਹੋ ਗਈ। ਉਹ ਭਾਵੇਂ 2 ਦਿਨ ਲੱਗਣ, ਭਾਵੇਂ 5 ਦਿਨ ਲੱਗਣ, ਭਾਵੇਂ 10 ਦਿਨ ਲੱਗਣ, ਅਲਟੀਮੇਟ ਤੇ ਮੁੱਕੀ ਜਾਣੀ ਸਾਰੀ, ਭੁੱਲੀ ਜਾਣੀ, ਭਾਵੇਂ ਬਹੁਤ ਦੂਰ ਤੱਕ ਵੱਧ ਲੱਗ ਜਾਣਾ। ਜਦੋਂ ਸਾਰੇ ਦਾ ਸਾਰਾ ਮਟੀਰੀਅਲ ਮੁੱਕ ਗਿਆ ਫਿਰ ਫੰਗਸ ਨੂੰ ਆਪਣਾ ਭੋਜਨ ਕਿੱਥੋਂ ਮਿਲੇਗਾ, ਫਿਰ ਉਹ ਫੰਗਸ ਕਿੱਥੇ। ਫਿਰ ਜਦੋਂ ਸਾਰੇ ਦਾ ਸਾਰਾ ਮਟੀਰੀਅਲ ਜਿਹੜਾ ਸੀ ਸੋਖਿਆ ਸੀ, ਗਿੱਲਾ, ਇਹਨੇ ਸੋਖ ਲਿਆ, ਗਿੱਲਾ ਆਪਣਾ ਖਤਮ ਹੋ ਗਿਆ, ਸਮੇਂ ਦੀ ਕੋਈ ਗਿੱਲਾ ਆਪਣਾ ਖਤਮ, ਕਿੱਥੇ ਗਿਆ ਗਿੱਲਾ ਪਾਉਣ, ਉਹ ਸਾਰਾ ਫੰਗਸ ਨੇ ਪੌਸ਼ਟਿਕ ਤੱਤਾਂ ਦੇ ਨਾਲ ਚੂਸ ਲਿਆ, ਸੋਖ ਲਿਆ। ਜਦੋਂ ਸਾਰਾ ਸੋਖ ਲਿਆ ਇੱਥੇ ਥਾਂ ਸੁੱਕਣੀ ਸ਼ੁਰੂ ਹੋ ਜਾਣੀ ਆ, ਫਿਰ ਜਿਹੜੀ ਫੰਗਸ ਲੱਗੀ ਹੈ ਉਹ ਹਵਾ ਧੂ ਆਈ, ਉਹਦੇ ਨਾਲ ਉੱਡ ਗਈ, ਟੁੱਟ ਗਈ ਤੇ ਗਾਂ ਹਵਾ ਚ ਖਿਲਰ ਗਈ, ਤੇ ਹਵਾ ਚ ਖਿਲਰ ਕੇ ਫਿਰ ਗਾਂ ਉੱਡਦੀ ਫਿਰਦੀ ਰਹੀ। ਜਦੋਂ ਉਹਨੂੰ ਕੋਈ ਹੋਰ ਚੀਜ਼ ਲੱਭੂਗੀ ਉਹਦੇ ਉੱਤੇ ਜਾ ਕੇ ਡਿੱਗੂਗੀ, ਜਦੋਂ ਉਹ ਉੱਥੇ ਦੁਬਾਰਾ ਬਣਨੀ ਸ਼ੁਰੂ ਹੋ ਜਾਊਗੀ। ਇਹ ਇਸੇ ਤਰ੍ਹਾਂ ਹੀ ਪ੍ਰੋਸੈਸ ਚੱਲੀ ਜਾਂਦਾ ਹੈ। ਉੱਲੀਆਂ ਆਪਣਾ ਸਾਰਾ ਪੋਸ਼ਕ ਮ੍ਰਿਤ ਜੀਵਾਂ ਤੇ ਵਿਘਟਨਸ਼ੀਲ ਪਦਾਰਥਾਂ ਤੋਂ ਪ੍ਰਾਪਤ ਕਰਦੀਆਂ ਹਨ, ਇਸ ਲਈ ਇਹਨਾਂ ਨੂੰ ਮ੍ਰਿਤ ਜੀਵੀ ਕਿਹਾ ਜਾਂਦਾ ਹੈ, ਮ੍ਰਿਤ ਆਹਾਰੀ ਵੀ ਕਿਹਾ ਜਾਂਦਾ ਹੈ। ਹੁਣ ਉੱਲੀ ਲੱਗਦੀ ਕਿੱਥੇ ਕਿੱਥੇ ਹੈ, ਹੁਣ ਤੁਸੀਂ ਦੱਸੋ ਵੀ ਉੱਲੀ ਕਿਹੜੀ ਕਿਹੜੀ ਚੀਜ਼ ਨੂੰ ਲੱਗਦੀ ਹੈ। ਆਪਾਂ ਅਗਰ ਪ੍ਰਸ਼ਨ ਉੱਤਰ ਕਰੀਏ ਇਹਦੇ ਥੋੜੇ ਬਹੁਤ, ਮੰਨ ਲਓ ਪੇਪਰ ਦੇ ਵੀ ਕੁਐਸਚਨ ਆ ਜਾਂਦੇ ਆ ਕਿ ਉੱਲੀ ਕਿਹੜੀ ਥਾਂ ਤੇ ਲੱਗਦੀ ਹੈ। ਪਹਿਲਾਂ ਦੱਸੋ ਵੀ ਉੱਲੀ ਦਾ ਰੰਗ ਕਿਹੜਾ ਹੁੰਦਾ, ਉੱਲੀ ਦਾ ਰੰਗ ਕਿਹੜਾ ਹੁੰਦਾ, ਚਿੱਟਾ, ਸਿਰਫ ਚਿੱਟਾ ਨਹੀਂ, ਹੋਰ ਵੀ ਰੰਗ ਹੁੰਦੀ, ਹਾਂ 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 ਪੀਲੇ ਰੰਗ, ਚਿੱਟੀ ਪੀਲੀ ਵੀ ਹੁੰਦੀ, ਹੋਰ ਹਰੇ ਰੰਗ ਦੀ ਵੀ ਹੁੰਦੀ ਆ, ਭੂਰੇ ਰੰਗ ਦੀ ਵੀ ਹੁੰਦੀ ਆ, ਕਾਲੇ ਰੰਗ ਦੀ ਵੀ ਹੁੰਦੀ ਆ, ਵੱਖਰੇ ਵੱਖਰੇ ਰੰਗ ਆ। ਲੱਗਦੀ ਕਿੱਥੇ ਆ ਉੱਲੀ, ਕਿਹੜੀ ਥਾਂ ਵਾ, ਜਿੱਥੇ ਮਰਜ਼ੀ ਲੱਗ ਜੂਗੀ, ਕੰਧ ਨੂੰ ਉੱਲੀ ਲੱਗ ਜੂਗੀ, ਜੇ ਆਪਾਂ ਕੰਧ ਨੂੰ ਗਿੱਲੀ ਕਰ ਛੱਡੀਏ, ਸਲਾਬ ਪਾ ਛੱਡੀਏ ਤੇ ਕੰਧ ਨੂੰ ਉੱਲੀ ਲੱਗ ਜੂਗੀ, ਨਾ ਕਦੇ ਵੀ ਨਹੀਂ, ਕਿਉਂ ਨੀ ਲੱਗਦੀ ਬੜਾ ਕੰਧ ਨੂੰ ਉੱਲੀ, ਉੱਲੀ ਲੱਗਦੀ ਕਿੱਥੇ ਆ, ਕੰਧ ਨੂੰ ਕਿਉਂ ਨੀ ਲੱਗਦੀ। ਉੱਲੀ ਉਸ ਪਦਾਰਥ ਨੂੰ ਲੱਗਦੀ ਹੈ ਜੋ ਜੈਵ ਵਿਘਟਨਸ਼ੀਲ ਹੋਵੇ, ਕਿਹੜਾ ਹੋਵੇ, ਬਾਇਓ ਡੀਗ੍ਰੇਡੇਬਲ, ਬਾਇਓ ਡੀਗ੍ਰੇਡੇਬਲ, ਜੈਵ ਵਿਘਟਨਸ਼ੀਲ, ਜਿਹੜੀ ਚੀਜ਼ ਗਲ ਸਕੇ ਸੜ ਸਕੇ, ਪਈ ਪਈ ਗਲ ਗਈ ਸੜ ਗਈ, ਉਹ ਚੀਜ਼ ਨੂੰ ਲੱਗਦੀ। ਹੁਣ ਇੱਥੇ ਇੱਟ ਪਈ ਹੋਵੇ ਤੇ ਇੱਟ ਪਈ ਪਈ ਗਲ ਜੂਗੀ ਵੀ, ਜੇ ਸੀਮੈਂਟ ਪਿਆ ਵਾ ਜਾਂ ਕੰਧ ਆ ਉਹਦੇ ਲੱਗੀ, ਉਹ ਕੰਧ ਪਈ ਪਈ ਗਲ ਜੂਗੀ, ਕੰਧ ਕਿਤਨਾ ਗਲ ਸਕਦੀ ਹੈ, ਤੇ ਜੇ ਕੰਧ ਗਲ ਨਹੀਂ ਸਕਦੀ, ਸੜ ਨਹੀਂ ਸਕਦੀ, ਇਹਦਾ ਮਤਲਬ ਕੰਧ ਨੂੰ ਫਿਰ ਉੱਲੀ ਵੀ ਨਹੀਂ ਲੱਗ ਸਕਦੀ। ਉੱਲੀ ਕਿੱਥੇ ਲੱਗੂਗੀ, ਜਿਹੜੀ ਚੀਜ਼ ਗਲ ਸਕੇ ਜਾਂ ਸੜ ਸਕੇ, ਜੈਵ ਵਿਘਟਨਸ਼ੀਲ ਹੋਵੇ, ਬਾਇਓ ਡੀਗ੍ਰੇਡੇਬਲ ਚੀਜ਼ਾਂ ਨੂੰ ਉੱਲੀ ਲੱਗਦੀ ਹੈ। ਘਰਾਂ ਚ ਤੁਸੀਂ ਵੇਖਿਆ ਹੋਣਾ ਕਿੱਥੇ ਕਿੱਥੇ ਲੱਗਦੀ ਹੈ, ਕੱਪੜਿਆਂ ਨੂੰ ਲੱਗ ਜਾਂਦੀ ਹੈ, ਕੱਪੜਿਆਂ ਨੂੰ ਉੱਲੀ ਲੱਗ ਜਾਂਦੀ ਤਕਰੀਬਨ, ਕਈ ਵਾਰੀ ਅਚਾਰ ਪਿਆ ਹੋਵੇ ਨਾ ਬਾਹਰ, ਉਹ ਅਚਾਰ ਤੇ ਵੀ ਲੱਗ ਜਾਂਦੀ ਆ, ਉਹ ਡੱਬਾ ਪਾ ਢੱਕਣ ਬੰਦ ਹੀ ਹੁੰਦਾ ਉਹਦਾ, ਕਈ ਵਾਰੀ ਨਾ ਘਰ ਚ ਮਿਰਚਾਂ ਮਿਰਚਾਂ ਦਾ ਅਚਾਰ ਪਾ ਕੇ ਰੱਖਦੇ ਆ, ਗਾਜਰਾਂ ਦਾ ਅਚਾਰ ਵੀ ਪਾਇਆ ਹੁੰਦਾ,
ਉਹ ਜਦੋਂ ਚਾਰ ਪੰਜ ਦਿਨ ਨਾ ਖੋਲੋ ਉਹਨਾਂ ਨੂੰ ਚਿੱਟਾ ਹੋਇਆ ਪਿਆ, ਉਂਗਲੀ ਲੱਗੀ ਪਈ ਇਹਨੂੰ, ਅਚਾਰ ਨੂੰ ਉਂਗਲੀ ਲੱਗ ਜਾਂਦੀ ਆ, ਕੱਪੜੇ ਨੂੰ ਲੱਗ ਜਾਂਦੀ ਆ, ਹੋਰ ਹੁਣੇ ਦੱਸਿਆ ਤੁਸੀਂ ਦੱਸਿਆ ਉਹ ਬੂਟਾਂ ਨੂੰ ਲੱਗ ਜਾਂਦੀ, ਚਮੜੇ ਦੇ ਬੂਟਾਂ ਨੂੰ, ਚਮੜੇ ਦੇ ਬੂਟਾਂ ਨੂੰ ਲੱਗ ਜਾਂਦੀ ਆ। ਘਰ ਦੇ ਵਿੱਚ ਕੋਈ ਰੋਟੀ ਦਾ ਟੁਕੜਾ ਪਿਆ ਰਹੇ ਜਿਵੇਂ ਆਪਾਂ ਸੂੜੇ ਚ ਸੁੱਟ ਸਕਦੇ ਹਾਂ, ਕੋਈ ਬ੍ਰੈਡ ਦਾ ਪੀਸ ਸੂੜੇ ਚ ਸੁੱਟਦਾ, ਉਹਨਾਂ ਚੀਜ਼ਾਂ ਤੇ ਉਂਗਲੀ ਲੱਗ ਜਾਂਦੀਆਂ। ਜਿਹੜੀ ਵੀ ਚੀਜ਼ ਜੈਵ ਘਟਨਸ਼ੀਲ ਹੈ, ਉਂਗਲੀ ਪਦਾਰਥ ਤੇ ਲੱਗਦੀ ਹੈ, ਫੰਗਸ ਗਰੋ ਔਨ ਕੀ ਕੁਸ਼ਚਨ ਦਾ ਆਂਸਰ ਬਣੇਗਾ, ਕੀ ਖਾਲੀ ਸਾਹਿਬ ਜੀ, ਉਂਗਲੀ ਕਿਹੜੇ ਪਦਾਰਥ ਨੂੰ ਲੱਗਦੀ ਹੈ? ਜੈਵ ਵਿਘਟਨਸ਼ੀਲ, ਜੈਵ ਵਿਘਟਨਸ਼ੀਲ ਪਦਾਰਥ, ਮਤਲਬ ਕਿ ਔਨ ਬਾਇਓ ਡੀਗ੍ਰੇਡੇਬਲ ਜਿਹੜੀਆਂ ਗੱਲ ਸਮਝ ਸਕਦੀਆਂ ਹਨ। ਤੇ ਲੱਗਦੀ ਕਿਹੋ ਜਿਹੀ ਥਾਂ ਤੇ ਆ ਉਂਗਲੀ, ਲੱਗਦੀ ਕਿਹੋ ਜਿਹੀ ਥਾਂ ਤੇ ਆ ਜਿਹੜੀ ਥਾਂ ਗਿੱਲੀ ਸਿੱਲੀ, ਗਿੱਲੀ ਸਿੱਲੀ ਦਾ ਮਤਲਬ ਸਲਾਬੀ ਹੋਵੇ, ਜਿਹਦੇ ਸਲਾਬੀ ਹੋਵੇ, ਅਤੇ ਹੁੰਮਸ ਵਾਲੀ, ਹੁੰਮਸ ਵਾਲੀ ਦਾ ਮਤਲਬ ਜਿੱਥੇ ਥੋੜਾ ਥੋੜੀ ਗਰਮੀ, ਥੋੜੀ ਥੋੜੀ ਗਰਮੀ ਹੋਵੇ ਨਾ, ਉਹਨਾਂ ਥਾਵਾਂ ਦੇ ਉੱਪਰ ਜਦੋਂ ਕੋਈ ਇਹੋ ਜਿਹੀ ਚੀਜ਼ ਲੱਭਦੀ ਆ ਉੱਥੇ ਉਂਗਲੀ ਲੱਗ ਜਾਂਦੀ ਆ। ਇਹ ਦੋ ਚੀਜ਼ਾਂ ਹਨ ਉਂਗਲੀ ਦੇ ਵਿੱਚ, ਤੇ ਉਂਗਲੀ ਦੇ ਬੀਜਾਣੂ ਆਉਂਦੇ ਕਿੱਥੋਂ ਹਨ? ਹਵਾ ਦੇ ਵਿੱਚੋਂ, ਉਂਗਲੀ ਦੇ ਬੀਜਾਣੂ ਇੱਕ ਥਾਂ ਦੂਜੀ ਥਾਂ ਤੇ ਹਵਾ ਰਹੀ ਜਾਂਦੇ ਹਨ। ਤੇ ਜੇ ਆਪਾਂ ਇਹ ਸੋਚੀਏ ਕਿ ਯਾਰ ਆਪਾਂ ਚੀਜ਼ਾਂ ਨੂੰ ਉਂਗਲੀ ਤੋਂ ਬਚਾ ਲਈਏ, ਤੇ ਇਹ ਹੁਣ ਤੁਸੀਂ ਸੋਚਣਾ ਜੀ, ਇਹ ਤੁਹਾਡਾ ਜੇ ਕੰਮ ਹੋਮਵਰਕ ਹੀ ਆ ਤੁਹਾਡਾ, ਕਿ ਤੁਸੀਂ ਇਹ ਸੋਚ ਕੇ ਆਉਣਾ ਵਾ ਕਿ ਯਾਰ ਉਂਗਲੀ ਲੱਗਦੀ ਕਿਵੇਂ ਆ, ਕਿਹੜੀ ਚੀਜ਼ ਨੂੰ ਉਂਗਲੀ ਲੱਗਦੀ, ਤੇ ਜਿਹੜੀ ਚੀਜ਼ ਨੂੰ ਉਂਗਲੀ ਲੱਗ ਸਕਦੀ ਆ ਉਹ ਚੀਜ਼ ਨੂੰ ਜੇ ਆਪਾਂ ਉਂਗਲੀ ਲੱਗਣ ਤੋਂ ਬਚਾਉਣਾ ਹੋਵੇ ਤੇ ਭਲਾ ਕਿਵੇਂ ਬਚਾ ਸਕਦੀ ਆ? ਸਮਝ ਲੱਗੀ ਮੈਂ ਕੀ ਪੁੱਛਿਆ? ਕਿ ਜਿਹੜੇ ਜਿਹੜੇ ਪਦਾਰਥਾਂ ਨੂੰ ਉਂਗਲੀ ਲੱਗ ਸਕਦੀ ਆ, ਜੇ ਆਪਾਂ ਉਹਨਾਂ ਨੂੰ ਉਂਗਲੀ ਲੱਗਣ ਤੋਂ ਬਚਾਉਣਾ ਹੋਵੇ ਤੇ ਭਲਾ ਆਪਾਂ ਨੂੰ ਕੀ ਕਰਨਾ ਪਊਗਾ ਕਿ ਉਹਨਾਂ ਪਦਾਰਥਾਂ ਨੂੰ ਉਂਗਲੀ ਨਾ ਲੱਗੇ? ਇਹ ਉੱਤਰ ਤੁਹਾਨੂੰ ਲੱਭ ਜਾਏਗਾ। ਤੁਸੀਂ ਇਹ ਜ਼ਰੂਰ ਸੋਚਿਓ ਯਾਰ ਉਂਗਲੀ ਲੱਗਦੀ ਕਿਹੜੀ ਥਾਂ ਤੇ ਆ, ਜਿੱਥੇ ਲੱਗਦੀ ਇਹਦਾ ਮਤਲਬ ਆਪਾਂ ਉੱਥੇ ਚੀਜ਼ਾਂ ਨਾ ਰੱਖੀਏ। ਇਹ ਤੁਸੀਂ ਵੇਖਣੀ ਕਿਹੜੀ ਕਿਹੜੀ ਥਾਂ ਤੇ, ਦੇਖ ਕੇ ਰੋਣਾ ਦਾ ਉੱਤਰ ਕਿ ਉਂਗਲੀ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ, ਕਿ ਉਂਗਲੀ ਕਿਹੜੀ ਥਾਂ ਤੇ ਲੱਗਦੀ ਆ, ਜਿਹੋ ਜਿਹੀ ਥਾਂ ਤੇ ਉਂਗਲੀ ਲੱਗਣ ਦੇ ਚਾਂਸ ਆ ਉਹੋ ਜਿਹੀ ਥਾਂ ਤੇ ਚੀਜ਼ਾਂ ਰੱਖੋ ਹੀ ਨਾ। ਫਿਰ ਉਂਗਲੀ ਦੇ ਬੀਜਾਣੂ ਆਉਂਦੇ ਕਿੱਥੋਂ ਆ? ਹਵਾ ਚੋਂ ਆਉਂਦੇ ਆ। ਜੇ ਹਵਾ ਚੋਂ ਆਉਂਦੇ ਤਾਂ ਬਾਕੀ ਤਰੀਕੇ ਨਾਲ ਹਵਾ ਹੀ ਰੋਕ ਲਈਏ ਵੀ ਉਹਨੂੰ ਹਵਾ ਲੱਗੀ ਨਾ, ਹਵਾ ਰੋਧੀ ਕੰਟੇਨਰ ਯੂਜ ਕੀਤੇ ਜਾਣ। ਇਸ ਤਰੀਕੇ ਦੇ ਨਾਲ ਤੁਸੀਂ ਇਹ ਜ਼ਰੂਰ ਸੋਚਣਾ ਕਿ ਉਂਗਲੀ ਲੱਗਣ ਦੇ ਤਰੀਕੇ ਕੀ ਆ ਤੇ ਅਸੀਂ ਉਂਗਲੀ ਲੱਗਣ ਤੋਂ ਕਿਵੇਂ ਬਚਾ ਸਕਦੇ ਹਾਂ। ਫਿਰ ਉਂਗਲੀ ਦਾ ਫਾਇਦਾ ਜਾਂ ਨੁਕਸਾਨ ਕੀ ਆ ਇਹ ਆਪਾਂ ਫਿਰ ਕਿਸੇ ਦਿਨ ਦੁਬਾਰਾ ਅਗਲੇ ਲੈਸਨ, ਅਗਲੇ ਚੈਪਟਰ ਦੇ ਵਿੱਚ ਜਾਂ ਅਗਲੇ ਲੈਸਨ ਦੇ ਵਿੱਚ ਦੁਬਾਰਾ ਡਿਸਕਸ ਕਰਾਂਗੇ ਇਹਨਾਂ ਨੂੰ, ਇਹਦੇ ਬਾਰੇ ਇਸ ਚੀਜ਼ ਨੂੰ ਆਪਾਂ ਜ਼ਰੂਰ ਤੇ ਜ਼ਰੂਰ ਦੁਹਰਾ ਕੇ ਆਉਣਾ, ਆਪਣੀ ਕਿਤਾਬਾਂ ਖੋਲ੍ਹਣੀਆਂ, ਉਹਦਾ ਲੈਸਨ ਖੋਲ੍ਹਣਾ, ਉਹਨੂੰ ਪੜ੍ਹਨਾ, ਧਿਆਨ ਨਾਲ ਪੜ੍ਹਨਾ, ਨਾਲ ਉਹਨੂੰ ਸਮਝਣਾ ਕਿ ਜੋ ਆਪਾਂ ਅੱਜ ਲੈਸਨ 'ਚ ਪੜ੍ਹਿਆ ਹੈ ਉਹ ਸਾਨੂੰ ਸਮਝ ਲੱਗਦੀ ਹੈ। ਇਸ ਤੋਂ ਬਾਅਦ ਆਪਾਂ ਅਗਲੇ ਲੈਕਚਰ ਦੇ ਵਿੱਚ ਫਿਰ ਮਿਲਾਂਗੇ, ਦੁਬਾਰਾ ਅਗਲੀ ਗੱਲ ਕਰਾਂਗੇ ਇਸੇ ਲੈਸਨ ਬਾਰੇ। ਸਭ ਦਾ ਬਹੁਤ ਬਹੁਤ ਧੰਨਵਾਦ, ਥੈਂਕਸ।